Assalamu alaikum, welcome to new vlog. Sadahazdero, Wazdero, Shadro, Teabatro, Amin, Sumamin. Mashallah, this is the time. Halle Sade Panjo, Neteji, Halle Sade Panjo, and Mavas, the time Halle be late. A cooking ma'am, a manu ajikasi, a majdoza now. Minuo the youth hat in a licking. Mamajin to Minuo the youth hat, as it take a am the baji utigi. Hello. ਸੌਂ ਕੇ ਉੱਠ ਕੇ ਸਹੀ ਪੁੱਛੋ, ਕਿਸੇ ਨੂੰ ਬੁਲਾਉਣ ਨੂੰ ਦਿਲ ਨਹੀਂ ਕਰਦਾ, ਠੀਕ ਹੈ? ਜਿਵੇਂ ਕਿ ਤੁਹਾਨੂੰ ਪਤਾ ਕਿ ਸਾਡੀ ਨਾਨੂ ਜੀ ਆਏ ਹੋਏ ਸੀ, ਠੀਕ ਹੈ? ਅਤੇ ਨਾਨੂ ਜੀ ਨੇ ਕਿਹਾ ਸੀ ਕਿ 3 ਦਿਨ ਮੈਂ ਨੀਚੇ ਤੁਹਾਡੀ ਲਾਲਾ ਘਰ ਆਵਾਂਗੀ, ਫਿਰ ਮੈਂ ਉੱਪਰ ਆ ਜਾਊਂਗੀ, ਠੀਕ ਹੈ? ਅਤੇ ਕੱਲ੍ਹ ਪਈ ਲਾਲਾ ਘਰ ਦੇ 3 ਦਿਨ ਪੂਰੇ ਹੋ ਗਏ ਸੀ, ਕੱਲ੍ਹ ਨਾਨੂ ਅਸਰ ਟਾਈਮ ਉੱਪਰ ਆ ਗਿਆ ਸੀ, ਠੀਕ ਹੈ? ਅਤੇ ਅੱਜ ਜਿਹੜਾ ਜੀ ਹੁਣ ਨਾਨੋ ਕਹਿ ਰਹੀ ਸੀ ਕਿ 2-3 ਦਿਨ ਹੁਣ ਮੈਂ ਤੁਹਾਡੇ ਘਰ ਆਉਣਾ ਵਾ, ਠੀਕ ਹੈ? ਅਤੇ ਨਾਨੋ ਨੇ ਨਮਾਜ਼ ਵਗੈਰਾ ਅਦਾ ਕਰ ਲਈ, ਕੁਰਾਨ ਪਾਕ ਦੀ ਤਿਲਾਵਤ ਕਰ ਲਈ, ਅਤੇ ਨਾਨੋ ਜੀ ਹੁਣ ਲੰਮੇ ਪੈ ਗਏ ਨੇ ਕਿਉਂਕਿ ਮੌਸਮ ਦਾ ਸਰਦੀ ਵਾਲਾ ਆ ਗਿਆ। ਵੇਖੋ, ਅਸੀਂ ਕੰਬਲ ਲੈ ਕੇ ਪੈਂਦੇ ਹਾਂ ਹੁਣ ਭਾਈ, ਅਤੇ ਜਿਹੜੇ ਭੈਣ ਭਰਾ ਕੰਬਲ ਨਹੀਂ ਲੈਂਦੇ, ਜਿਹੜੇ ਹਲੇ ਖੇਸ ਲੈਂਦੇ ਨੇ, ਅੱਛਾ ਸਾਡੇ ਆਂਢੀ ਗੁਆਂਢੀ ਸਾਰੇ ਹਲੇ ਸਿਹਨ 'ਚ ਪੈਂਦੇ ਨੇ, ਅਤੇ ਖੇਸ ਲੈ ਕੇ, ਅਤੇ ਅਸੀਂ ਬਰਾਂਦਿਆਂ 'ਚ ਪੈਂਦੇ ਅਤੇ ਕੰਬਲ ਲੈ ਕੇ, ਪੱਕਾ ਵੀ ਨਹੀਂ ਅਸੀਂ ਚਲਾਉਂਦੇ। ਅੱਛਾ ਮੈਂ ਵੇਖਣ ਦਈ ਸਾਂ, ਇੱਥੇ ਅਸੀਂ ਸੀੜੀਆਂ 'ਤੇ ਖੜ੍ਹੇ ਹੋਏ ਹਾਂ ਅਤੇ ਇੱਧਰ ਉੱਧਰ ਘਰਾਂ 'ਚ ਜਾਂਦੀ ਹੈ ਨਜ਼ਰ, ਅਤੇ ਇਸੇ ਵਾਸਤੇ ਅਸੀਂ ਇਹਨਾਂ ਸੀੜੀਆਂ 'ਤੇ ਬਹੁਤ ਘੱਟ ਚੜੀ ਦਾ ਲੇ, ਅਤੇ ਪਰਸੋਂ ਨਾ ਮੈਂ ਵੀ ਨਾ ਉੱਤੇ ਚੜ੍ਹੀ, ਮੰਮਾ ਨੀਚੇ ਸੀ, ਅਤੇ ਮੈਂ ਮੰਮਾ ਨੂੰ ਕਹਿਣਾ ਸੀ ਕਿ ਮੰਮਾ ਜੀ ਮੇਰਾ ਯੂਨੀਫਾਰਮ ਵਾਸ਼ ਕੀਤਾ ਕਿ ਨਹੀਂ, ਅਤੇ ਨਹੀਂ ਤਾਂ ਮੈਂ ਧੋ ਲਵਾਂ, ਠੀਕ ਹੈ? ਅਤੇ ਜਦੋਂ ਮੈਂ ਉੱਤੇ ਚੜ੍ਹੀ ਨਾ ਸਾਰੇ ਬਾਹਰ ਲੋਕ ਆਉਂਦੀਆਂ ਮੰਜੀਆਂ ਮੰਜੀਆਂ ਵਿਛਾ ਕੇ ਪੱਖੇ ਰੱਖਦਾ ਸੀ, ਮੰਮਾ ਮੈਨੂੰ ਇੰਨਾ ਹਾਸਾ ਆਇਆ, ਮੈਂ ਕਿਹਾ ਵਾਕਈ ਆ ਤਾਂ ਸਾਡੇ ਆ, ਸਾਡਾ ਤਾਂ ਉਹ ਹਾਲ ਹੋਇਆ, ਚੂੜਿਆ ਘਰ ਪਾਲਾ ਆਇਆ, ਠੀਕ ਹੈ? ਅਤੇ ਅਸੀਂ ਟਾਈਮੋ ਟਾਈਮ ਹੀ ਕੰਬਲ ਚੰਬਲ ਕੱਢ ਲਿਆ, ਤੁਸੀਂ ਕਮੈਂਟ ਕਰਕੇ ਦੱਸੋ ਵੀ ਕਿੰਨੇ ਕਿੰਨੇ ਕੰਬਲ ਕੁੰਬਲ ਕੱਢ ਲਿਆ ਉਹਨੇ। ਭਾਈ ਸਾਡੇ ਨਾ ਅਸਲ 'ਚ ਪ੍ਰੋਬਲਮ ਆਇਆ ਕਿ ਪਾਪਾ ਜੀ ਦੀ ਵੀ, ਫਿਰ ਉਹ ਦੱਸਿਆ ਸੀ ਨਾ ਕਿ ਟਾਂਗ ਦੀ ਹੱਡੀ ਫੈਕਚਰ ਹੋਈ ਸੀ, ਅਤੇ ਪਾਪਾ ਦੇ ਵੀ ਲੱਤ 'ਚ ਦਰਦ ਹੋਣ ਲੱਗ ਪੈਂਦੀ, ਫਿਰ ਮੇਰਾ ਵੀ ਤੁਹਾਨੂੰ ਮੈਂ ਦੱਸਿਆ ਹੋਇਆ ਸ਼ਾਇਦ ਕਿ ਮੇਰਾ ਵੀ ਇੱਕ ਵਾਰੀ ਛੋਟੀ ਹੁੰਦੀ ਐਕਸੀਡੈਂਟ ਹੋਇਆ ਸੀ, ਅਤੇ ਇਸ ਹੋਇਆ ਤਾਂ ਮੇਰੀ ਵੀ ਲੱਤ ਜਦੋਂ ਥੋੜ੍ਹੀ ਜੀ ਸਰਦੀ ਹੋਣ ਲੱਗ ਪਵੇ ਨਾ, ਅੱਲਾਹ ਅਕਬਰ, ਮੇਰੀ ਵੀ ਲੱਤ ਦਰਦ ਕਰਨ ਲੱਗ ਪੈਂਦੀ। ਇਸ ਵਾਸਤੇ ਭਾਈ ਅਸੀਂ ਟੈਮੋ ਟੈਮੀ ਕੰਬਲ ਕੁੰਬਲ ਕੱਢ ਲਿਆ ਵੀ, ਠੀਕ ਹੈ? ਅਤੇ ਭਾਈ ਮੰਮਾ ਜੀ ਕੁਰਾਨ ਪਾਕ ਤਿਲਾਵਤ ਕਰੇ, ਮੰਮਾ ਨੇ ਨਮਾਜ਼ ਦਾ ਕਰ ਲਈ, ਹੁਣ ਭਾਈ ਆਪਾਂ ਵੀ ਮੂੰਹ ਹੱਥ ਹੋਈਏ ਅਤੇ ਛੇ ਛੇ ਤੀ ਨਮਾਜ਼ ਦਾ ਕਰੀਏ ਅਤੇ ਕੁਰਾਨ ਪਾਕ ਦੀ ਤਿਲਾਵਤ। ਐਵੇਂ ਮੈਂ ਨਾਮ ਲੈਂਦੀ ਗਈ ਅਤੇ ਆਊਟ ਗਈ, ਆਮਨੀਏ ਚੱਲ ਜਾ ਭਾਗ ਕੇ ਜੇ ਜਲਦੀ ਕਰ, ਅਤੇ ਫਿਰ ਉਸ ਤੋਂ ਬਾਅਦ ਵੇਖਦੇ ਹਾਂ ਵੀ ਅੱਗੇ ਕੀ ਕਰਨਾ, ਅਤੇ ਅੱਜ ਜਿਹੜਾ ਨਾ ਕਾਰੀਗਰ ਨੂੰ ਬੁਲਾ ਕੇ ਨਾ ਅਸੀਂ ਜਿਹੜਾ ਨਾ ਆਪਦੇ ਵਾਸ਼ਰੂਮ 'ਚ ਮੰਮਾ ਲਾਈਟਾਂ ਵੀ ਲਵਾ ਲੈਣੀਆਂ। ਕੱਲ੍ਹ ਆਇਆ ਸੀ ਤਾਂ ਲਾਈਟਾਂ ਕਿਉਂ ਨਹੀਂ ਲਾ ਕੇ ਗਿਆ? ਚਲੋ ਜੀ ਹੁਣ ਮੈਂ ਨਮਾਜ਼ ਅਦਾ ਕਰ ਲਈ ਹੈ, ਕੁਰਾਨ ਪਾਕ ਦੀ ਤਿਲਾਵਤ ਕਰ ਲਈ ਹੈ, ਠੀਕ ਹੈ? ਅਤੇ ਹੁਣ ਜਿਹੜਾ ਜੀ ਅੰਦਰ ਆ ਗਈ ਵਾਂ, ਕਿਉਂਕਿ ਹੁਣ ਮੈਂ ਜੀ ਕਾਲਜ ਵਾਸਤੇ ਹੋਣਾ ਰੈਡੀ, ਠੀਕ ਹੈ? ਲੇਕਿਨ ਮੇਰੀ ਮੰਮਾ ਨੇ ਕਿਹਾ ਕਿ ਬੇਟਾ ਅੱਜ ਆਪਦਾ ਨਾਸ਼ਤਾ ਆਪ ਬਣਾਉਣਾ, ਆਪਦਾ ਨਾਸ਼ਤਾ ਆਪ ਨਾ ਬਣਾਉਣਾ ਪਵੇ। ਇਸ ਵਾਸਤੇ ਮੈਂ ਮੰਮਾ ਨੂੰ ਕਿਹਾ, ਮੰਮਾ ਜੀ ਬਸ ਤੁਸੀਂ 1 ਕੱਪ ਚਾਹ ਦਾ ਬਣਾ ਦਿਓ, ਠੀਕ ਹੈ? ਓਨੀ ਦੇਰ ਨੂੰ ਜਿਹੜਾ ਨਾ ਮੈਂ ਰੈਡੀ ਹੋ ਕੇ ਬਾਹਰ ਆ ਜਾਵਾਂਗੀ, ਠੀਕ ਹੈ? ਅਤੇ ਫਿਰ ਕੀ ਨਾਮ ਸੀ, ਚਾਵਲ ਮੈਂ ਖਾਣੇ ਹਨ ਅਤੇ ਮੈਂ ਚਾਹ ਨਾਲ ਨਾ ਚਾਵਲ ਖਾ ਲਵਾਂਗੀ, ਠੀਕ ਹੈ ਮੰਮਾ ਜੀ? ਰਾਤ ਵਾਲੀ ਥੋੜੀ ਨਾ ਚਾਵਲ, ਚਾਵਲ ਜ਼ਾਇਆ ਥੋੜੀ ਨਾ ਆਪਾਂ ਕਰਨੇ ਨੇ, ਆਪਾਂ ਚਾਵਲ ਜ਼ਾਇਆ ਕਰੀਏ? ਮੰਮਾ ਜੀ ਟਾਈਮ ਹੋ ਜਾਣਾ ਵਾ, 6 ਤਾਂ ਵੱਜ ਗਏ ਨੇ, 6:30 ਵਜੇ ਅੰਕਲ ਨੇ ਆ ਜਾਣਾ, ਮੈਨੂੰ ਤਿਆਰ ਹੁੰਦਿਆਂ ਦੇਰ ਲੱਗੇ ਨੀ,
ਵਰਦੀ ਵੱਟੋ ਵੱਟ ਹੋਈ ਪਈ ਹੈ, ਅਤੇ ਉਹ ਕੱਲ੍ਹ ਮੈਂ ਮੈਨੂੰ ਮੰਮਾ ਨੇ ਕਿਹਾ ਵੀ ਹੈਂਗ ਕਰ ਦਿਓ, ਅਤੇ ਮੈਂ ਹੈਂਗ ਨਹੀਂ ਕੀਤੀ, ਅਤੇ ਵਰਦੀ ਵੀ ਹੁਣ ਵੱਟੋ ਵੱਟ ਹੋਈ ਪਈ ਹੈ, ਅਤੇ ਉਹ ਮੁੰਨਾ ਜਿਹੜੇ ਨਾ ਵਰਦੀ ਨੂੰ ਇੱਕ ਵਾਰੀ ਦੁਬਾਰਾ, ਮੰਮਾ ਜੀ ਕਿੱਥੋਂ ਕੱਲ੍ਹ ਮੈਂ ਸਾੜਿਆ ਬੈੱਡ, ਵਹਾਇਆ ਜੀ ਜ਼ਰਾ, ਵਰਦੀ ਦੇ ਵੱਟ ਨਹੀਂ ਮੈਂ ਤੇਰੇ ਵੱਟ ਕੱਢਣੇ, ਕਿੱਥੋਂ ਸਾੜਿਆ ਕੱਲ੍ਹ, ਹਾਲਾਂਕਿ ਮੈਨੂੰ ਨਹੀਂ ਪਤਾ ਕਿੱਥੋਂ ਸਾੜੇ ਕਿੱਥੋਂ ਨਹੀਂ ਸਾੜੇ, ਮੰਮਾ ਕਹਿੰਦੀ ਇਹ ਵੇਖ ਇਹਦਾ ਵਹਾ, ਆਹ ਇਸਤਰੀ ਲਾ ਤੀ, ਅਮਾ ਇਸਤਰੀ ਲਾਈ ਨਹੀਂ, ਇਸਤਰੀ ਲਾਈ ਇੱਥੇ ਤਾਂ ਮੈਂ ਸਿਰਫ ਰੱਖੀ ਸੀ ਇੱਦਾਂ ਕਰਕੇ, ਅਤੇ ਤੈਨੂੰ ਸ਼ਰਮ ਨਹੀਂ ਆਈ ਵੀ ਇਸ ਤਰ੍ਹਾਂ ਇਸਤਰੀ ਰੱਖੀ, ਅਮਾ ਮੈਨੂੰ ਕੀ ਪਤਾ ਸੀ ਫਟਾ ਸੜ ਜਾਣਾ ਇੱਦਾਂ ਰੱਖਿਆ, ਚਲੋ ਹੁਣ ਐਕਸਪੀਰੀਅੰਸ ਹੋ ਗਿਆ, ਇੱਦਾਂ ਤਾਂ ਨਹੀਂ ਹੁੰਦਾ, ਮੈਂ ਕਿਹਾ ਅਰੇ ਬੈਡ ਤੀ ਕੋਈ ਚੱਦਰ ਚੁੱਦਰ ਮੈਂ ਸਾੜਤੀ ਹੈ, ਅਤੇ ਮੈਂ ਕਿਹਾ ਜੇ ਤੇਰਾ ਵਸ ਚੱਲੇ ਨਾ ਤਾਂ ਤੂੰ ਹਰ ਸ਼ੈ ਨੂੰ ਸਾੜ ਕੇ ਤੇ ਅੱਗ ਲਾ ਕੇ ਰੱਖ ਦੇ, ਨਹੀਂ ਮੰਮਾ ਕਸਮੇ ਮੈਨੂੰ ਨਹੀਂ ਪਤਾ ਸੀ, ਮੈਨੂੰ ਪਤਾ ਹੁੰਦਾ ਨਾ ਤਾਂ ਮੈਂ ਸਹੀ, ਮੈਨੂੰ ਨਹੀਂ ਪਤਾ ਵੀ ਉਹਦਾ ਕਲਰ ਖਰਾਬ ਹੋ ਜਾਣਾ ਇਸਤਰੀ ਗਰਮ, ਨਹੀਂ ਮੰਮਾ ਮੈਨੂੰ ਸਹੀ ਨਹੀਂ ਪਤਾ, ਇਸਤਰੀ ਹੁਣ ਉਹ ਨਹੀਂ ਰਹੀ ਜਿਹੜੇ ਕੱਪੜੇ ਤੇ ਰੱਖਦੇ ਉਹਦੇ ਨਾਲ ਚਿੰਬੜਦੀ, ਨਹੀਂ ਮੈਂ ਤਾਂ ਉਹ ਜਦੋਂ ਰੱਖਿਆ ਸੀ ਉਸ ਤੋਂ ਕਿੰਨੀ ਦੇਰ ਬਾਅਦ ਆਮ ਨਾਲ ਤਾਂ ਯੂਨੀਫਾਰਮ ਇਸਤਰੀ ਕੀਤਾ ਹੈ, ਮੈਂ ਕੱਲ੍ਹ ਤੇਰੇ ਪਾਪਾ ਦਾ ਸੂਟ ਇਸਤਰੀ ਕੀਤਾ, ਮੈਨੂੰ ਪਤਾ ਮੈਂ ਜਿਵੇਂ ਕੀਤਾ, ਇਸਤਰੀ ਰੱਖਣ ਨਾਲ ਨਾ ਇਸਤਰੀ ਜਿਹੜਾ ਨਾ ਖਰਾਬ ਹੋ ਜਾਏਗੀ, ਅਤੇ ਹੁਣ ਭਾਈ ਜਿਹੜਾ ਨਾ ਸਭ ਤੋਂ ਪਹਿਲੇ ਆਪਦਾ ਯੂਨੀਫਾਰਮ ਇਸਤਰੀ ਕਰੀਏ, ਬਾਇਆ ਸ਼ਾਇਆ ਮੇਰਾ ਵੇਖੋ ਕਿੱਦਾਂ ਪਿਆ ਹੋਇਆ ਵਾ, ਠੀਕ ਹੈ, ਅਤੇ ਹੁਣ ਪਹਿਲਾਂ ਯੂਨੀਫਾਰਮ ਇਸਤਰੀ ਕਰੀਏ, ਉਸ ਤੋਂ ਬਾਅਦ ਫਿਰ ਚਲੋ ਜੀ ਹੁਣ ਜਿਹੜਾ ਨਾ ਮੈਂ ਆਪਦਾ ਯੂਨੀਫਾਰਮ ਇਸਤਰੀ ਕਰ ਲਿਆ ਹੋਇਆ, ਠੀਕ ਹੈ, ਤੁਸੀਂ ਵੇਖ ਸਕਦੇ ਗੰਦਾ ਸੀ ਕੱਲ੍ਹ ਵਾਲਾ ਹੀ, ਅਤੇ ਮੈਂ ਕਿਹਾ ਚੁੱਪ ਕਰੀਏ ਬਸ ਇਸਤਰੀ ਕਰੋ ਅਤੇ ਪਾ ਲਵੋ, ਠੀਕ ਹੈ, ਆ ਕੇ ਨਾ ਹੋਣੀ ਨੂੰ ਧੋ ਲਵਾਂਗੇ, ਠੀਕ ਹੈ, ਇਸ ਵਾਸਤੇ ਭਾਈ ਜਿਵੇਂ ਦਾ ਗੰਦਾ ਪੀਲਾ ਮੇਰੇ ਕੋਲ, ਮੈਂ ਮਤਲਬ ਥੋੜ੍ਹੀ ਥੋੜ੍ਹੀ ਨਾ ਇਸਤਰੀ ਘੇਰੇ 'ਤੇ ਮਾਰੀ ਵਾ, ਅਤੇ ਥੋੜ੍ਹੇ ਸ਼ਲਵਾਰ ਦੇ ਪੋਂਚਿਆਂ ਵਗੈਰਾ 'ਤੇ ਮਾਰੀ ਵਾ, ਜਿਹੜੀ ਮਤਲਬ ਵੀ ਘੇਰਾ ਹੀ ਪਤਾ ਲੱਗਣਾ ਵਾ ਇੰਨਾ, ਉਦੋਂ ਉਵੇਂ ਤਾਂ ਉੱਤੇ ਬਟਾ ਲੈ ਲੈਣਾ ਕਿਹੜਾ ਇੰਨਾ ਪਤਾ ਲੱਗਦਾ, ਠੀਕ ਹੈ, ਇਸ ਵਾਸਤੇ, ਅਤੇ ਬਾਕੀ ਹੁਣ ਭਾਈ ਜਿਹੜਾ ਨਾ ਯੂਨੀਫਾਰਮ ਵਗੈਰਾ ਚੇਂਜ ਕਰੀਏ, ਮੰਮਾ ਨੂੰ ਕਿਹਾ ਕਿ ਮੰਮਾ ਜੀ ਨਾਸ਼ਤਾ ਬਣਾ ਦਿਉ, ਵੈਸੇ ਰਾਤੀ ਤਾਂ ਮੈਂ ਇਹਨਾਂ ਨੂੰ ਨਾਲ ਨਾ ਵਾਈਸ ਵਾਈ ਕੀਤੀ ਸੀ ਕਿ ਮਤਲਬ ਕੀ ਉਹਨੂੰ ਕਹਿੰਦੇ ਨੇ, ਮਤਲਬ ਗੱਲਬਾਤ ਕੀਤੀ ਸੀ, ਮੈਂ ਇਹਨਾਂ ਨਾਲ ਗੱਲਬਾਤ ਕੀਤੀ ਸੀ ਕਿ ਨਾਨੂ ਜੀ ਸਵੇਰੇ ਨਾ ਮੈਂ ਤੁਹਾਡੇ ਆਪਦਾ ਨਾਸ਼ਤਾ ਕਰਨਾ, ਲੇਕਿਨ ਨਾਨੂ ਨੇ ਕਿਹਾ ਕਿ ਪੁੱਤਰ ਮੇਰੇ ਕੋਲੋਂ ਨਾਸ਼ਤਾ ਹੁਣ ਸਹੀ ਬਣਦਾ ਨਹੀਂ, ਅੱਡੀਆਂ ਅੱਡੀਆਂ ਮੇਰੀਆਂ ਰੋਟੀਆਂ ਬਣਦੀਆਂ ਨੇ ਹੁਣ, ਮੇਰੇ ਹੱਥਾਂ 'ਚ ਇੰਨੀ ਜਾਨ ਨਹੀਂ ਰਹੀ, ਮੈਂ ਕਿਹਾ ਚਲੋ ਫਿਰ ਨਾਨੂ ਜਿਵੇਂ ਦਾ ਮੰਮਾ ਬਣਾ ਦੇਗੀ ਆਪਾਂ ਉਹੀ ਕਰ ਲਵਾਂਗੇ, ਠੀਕ ਹੈ, ਗਾਇਜ਼ ਤੁਸੀਂ ਆ ਮੇਰਾ ਐਡਾ ਮੋਟਾ ਸੂਟ ਵੇਖ ਰਹੇ ਹੋਗੇ, ਅਤੇ ਤੁਸੀਂ ਕਹਿ ਰਹੇ ਹੋਗੇ ਵੀ ਅਸਤਗਫਿਰੁੱਲਾ, ਅਤੇ ਗਾਇਜ਼ ਤੁਹਾਨੂੰ ਦੱਸਿਆ ਨਾ ਸਾਨੂੰ ਠੰਡ ਬਹੁਤ ਲੱਗਦੀ, ਇਸ ਵਾਸਤੇ ਭਾਈ ਅਸੀਂ ਟੈਮੋ ਟੈਮ ਹੀ, ਅਤੇ ਤੁਸੀਂ ਵੀ ਕਹਿ ਰਹੇ ਹੋਗੇ ਅੱਖਾਂ ਨਹੀਂ ਖੋਲਦੀ, ਅੱਖਾਂ ਖੋਲੋ ਆਇਸ਼ਾ ਅੱਖਾਂ ਖੋਲੋ, ਤੁਸੀਂ ਕਹਿਣਾ ਬੱਚਿਆਂ ਦੀਆਂ ਆਇਸ਼ਾ ਦੀਆਂ ਤਾਰੇ, ਅਸਲ 'ਚ ਮੈਂ ਅਭੀ ਬੱਚੀ ਹੂੰ, ਮੈਂ ਅਭੀ ਛੋਟੀ ਸੀ ਮੁੰਨੀ ਸੀ ਬੱਚੀ ਹੂੰ ਹੈ, ਗਾਇਜ਼ ਨਾਲੇ ਮੇਰੀ ਸਾਲਗਿਰਾ ਆ ਰਹੀ, ਹਾਏ ਅੱਲਾ ਮੈਂ ਬਹੁਤ ਜ਼ਿਆਦਾ ਖੁਸ਼ ਹਾਂ, ਠੀਕ ਹੈ, ਅੱਛਾ ਮੈਂ ਸਾਲਗਿਰਾ ਤੋਂ ਪਹਿਲੇ ਬੜੀ ਖੁਸ਼ ਹੁੰਦੀ, ਸਾਲਗਿਰਾ ਵਾਲੇ ਦਿਨ ਮੇਰਾ ਭਾਵਾਂ ਸਾਰੇ ਜਿੰਨੇ ਜਿੱਡਾ ਮਰਜ਼ੀ ਜੋਸ਼ੋ ਖਰੋਸ਼ ਨਾ ਮੇਰੀ ਬਰਥਡੇ ਮਨਾਉਣ, ਮੈਨੂੰ ਅਜੀਬ ਜਿਹਾ ਹੀ ਫੀਲ ਹੁੰਦਾ ਰਹਿੰਦਾ, ਮੇਰਾ ਗੰਦਾ ਜਿਹਾ ਹੀ ਦਿਨ ਲੰਘਦਾ ਵਾ, ਅਤੇ ਖੈਰ ਬਟ ਆਇਸ਼ਾ ਆਪਕੀ ਬਰਥਡੇ ਆਉਣ ਵਾਲੀ ਹੈ, ਅਤੇ ਮੈਂ ਆਪਦੇ ਆਪ ਨੂੰ ਹੈਪੀ ਬਰਥਡੇ ਐਡਵਾਂਸ ਕਹਾਂਗੀ, ਹੈਪੀ ਬਰਥਡੇ ਟੂ ਮੀ, ਠੀਕ ਹੈ ਗਾਇਜ਼, ਸੋਚਣ ਵਾਲੀ ਗੱਲ ਵੀ ਆਪਦੇ ਆਪ ਨੂੰ ਖੁਦ ਦੀ ਬਰਥਡੇ ਵਿਸ਼ ਕਰ ਰਹੀ ਹੋ ਵੀ ਐਡਵਾਂਸ, ਠੀਕ ਹੈ, ਤੁਸੀਂ ਵੀ ਮੈਨੂੰ ਐਡਵਾਂਸ ਸਾਰੇ ਭੈਣ ਭਰਾ ਬਰਥਡੇ ਵਿਸ਼ ਕਰ ਦਿਉ ਬਰਾਏ ਮਿਹਰਬਾਨੀ, ਠੀਕ ਹੈ, ਤਾਂ ਕਿ ਜਿਹੜਾ ਹੈ ਨਾ ਮੈਨੂੰ ਪਤਾ ਹੋਵੇ ਮੇਰੇ ਭੈਣ ਭਰਾਵਾਂ ਨੂੰ ਕੋਈ ਮੇਰੇ ਭੈਣ ਭਰਾ ਖੁਸ਼ ਨੇ ਵੀ ਮੈਂ ਇਸ ਦੁਨੀਆਂ 'ਤੇ ਆਈ, ਖੈਰ ਮੇਰੀ ਕਿਉਂ ਵਿਚਾਰੇ ਦੁਨੀਆਂ 'ਤੇ ਆ ਗਏ, ਮੰਮਾ ਵੇਖ ਲਓ ਆਹ ਤਾਂ ਕੋਈ ਦੋਕਣਾ ਨਾ ਹੋਇਆ, ਅਤੇ ਗਾਇਜ਼ ਕੀ ਨਾਮ ਸੀ ਮੇਰੀ ਮੰਮਾ, ਇਹ ਮੈਂ 18 ਅਕਤੂਬਰ ਵਾਲੇ ਦਿਨ ਮੈਂ ਆਪਦੀ ਮੰਮਾ ਦੀ ਝੋਲੀ 'ਚ ਆਈ ਸੀ, ਇਸ ਦੁਨੀਆਂ 'ਚ ਆਈ ਸੀ ਤੁਹਾਨੂੰ ਸਾਰਿਆਂ ਨੂੰ ਅਤੇ ਆਪਦੀ ਮੰਮਾ ਨੂੰ ਸਤਾਉਣ ਵਾਸਤੇ, ਬਹੁਤ ਅਫਸੋਸ ਨਾ, ਮੰਮਾ ਕਹਿੰਦੀ ਬਹੁਤ ਅਫਸੋਸ ਨਾ ਕਿਤੇ ਜੀ, ਅਸ ਤੱਕ ਫਿਰ ਲਾ ਮੈਂ ਐਡੀ ਬੁਰੀ ਹਾਂ, ਗਾਇਜ਼ ਨਹੀਂ ਮੈਂ ਐਡੀ ਬੁਰੀ ਨਹੀਂ ਹੈ, ਤੁਸੀਂ ਮੈਨੂੰ ਬਰਥਡੇ ਵਿਸ਼ ਕਰ ਦਿਉ ਐਡਵਾਂਸ, ਠੀਕ ਹੈ, ਅਤੇ ਫਿਰ ਬਰਥਡੇ ਵਾਲੇ ਦਿਨ ਵੀ ਕਰ ਦਿਆ, ਅਤੇ ਭਾਈ ਹੁਣ ਜਿਹੜਾ ਨਾ ਜਲਦੀ ਜਲਦੀ ਯੂਨੀਫਾਰਮ ਚੇਂਜ ਕਰ ਲਈਏ, A few moments later.
ਜੀ ਗਾਈਸ, ਹੁਣ ਜਿਹੜਾ ਨਾ ਮੈਂ ਰੈਡੀ ਹੋ ਗਈ ਹਾਂ, ਸੋਰੀ ਲਾਈਟ ਚਲਾਉਣਾ ਮੈਂ ਭੁੱਲ ਗਈ, ਮੈਨੂੰ ਲੱਗਦਾ ਕੈਰੀ ਆ ਗਿਆ, ਦੂਰੋਂ ਕੈਰੀ ਦੇ ਹੋਰਨ ਦੀ ਆਵਾਜ਼ ਆ ਰਹੀ। ਅਤੇ ਆਹ ਜਿਹੜਾ ਮੈਂ ਸਟੋਲਰ ਲਿਆ ਹੋਇਆ, ਅੱਜ ਮੈਂ ਨਵਾਂ ਸਟੋਲਰ ਲਿਆ ਸੀ, ਠੀਕ ਹੈ, ਮੰਮਾ ਤੋਂ ਪੁੱਛ ਵਗੈਰਾ, ਅਸਲ 'ਚ ਕੈਰੀ ਗਿਆ ਸੀ ਬਾਜ਼ਾਰ, ਅਤੇ ਉਸ ਤਰਫੋਂ ਨਾ ਅੰਗ ਸਾਰੀਆਂ ਬੱਚੀਆਂ ਨੂੰ ਸਟੋਲਰ ਲਿਆ, ਅਤੇ ਫਿਰ ਮੈਂ ਵੀ ਇੱਕ ਸਟੋਲਰ ਲੈ ਲਿਆ, ਠੀਕ ਹੈ। ਅਤੇ ਐਂ ਵੇਖੋ ਗਾਈਸ ਕਿਸਾ ਲੱਗ ਰਿਹਾ। ਅਤੇ ਮੈਂ ਭਾਈ ਕਾਲਜ ਬਾਇਆ ਪਹਿਨ ਕੇ ਜਾਂਦੀ ਹਾਂ, ਖੈਰ ਪਤਾ ਨਹੀਂ ਮੈਂ ਤੁਹਾਨੂੰ ਪਹਿਲੇ ਵਲੋਗਾਂ 'ਚ ਦੱਸਿਆ ਜਾਂ ਨਹੀਂ ਦੱਸਿਆ, ਮੈਂ ਕਾਲਜ ਬਾਇਆ ਪਹਿਨ ਕੇ ਜਾਂਦੀ ਹਾਂ, ਠੀਕ ਹੈ। ਕੈਰੀ 'ਤੇ ਜਾਣਾ ਹੁੰਦਾ, ਲੇਕਿਨ ਬਟ ਬਾਏ 'ਚ ਨਾ ਇੱਕ ਮਤਲਬ ਬੰਦੇ ਨੂੰ ਕੰਫਰਟੇਬਲ ਫੀਲ ਹੁੰਦਾ ਵਾ, ਠੀਕ ਹੈ, ਅਤੇ ਇਸ ਵਾਸਤੇ। ਅਤੇ ਲੇਕਿਨ ਮੇਰਾ ਸ਼ੌਕ ਵੀ ਇਹ ਬਾਇਆ ਪਾਉਣਾ, ਇਸ ਵਾਸਤੇ ਭਾਈ ਮੈਂ ਬਾਇਆ ਪਾ ਕੇ ਜਾ ਰਹੀ ਹਾਂ ਕਾਲਜ ਅੱਜ ਕੱਲ੍ਹ। ਅਤੇ ਕਦੀ ਕਦੀ ਹੁੰਦਾ ਵਾ, ਜਿਸ ਦਿਨ ਮੇਰਾ ਨਹੀਂ ਦਿਲ ਕਰਦਾ ਉਸ ਦਿਨ ਫਿਰ ਮੈਂ ਬਾਇਆ ਨਹੀਂ ਪਾਉਂਦੀ। ਅਤੇ ਮੇਰੀ ਮੰਮਾ ਨੂੰ ਇਸ ਗੱਲ ਤੋਂ ਬਹੁਤ ਗੁੱਸਾ ਆਉਂਦਾ, ਮੇਰੀ ਮੰਮਾ ਕਹਿੰਦੀ ਪੁੱਤਰ ਇੱਕ ਕੰਮ ਕਰ ਲਾ, ਜਾਂ ਬਾਇਆ ਪਾ ਲਾ ਅਤੇ ਜਾਂ ਨਾ ਪਾ ਕੇ ਜਾਇਆ ਕਰ। ਅਤੇ ਮੈਂ ਕਿਹਾ ਮੰਮਾ ਜੀ ਇੱਦਾਂ ਨਾ ਕਰੋ ਪਲੀਜ਼, ਬੜਾ ਮਿਹਰਬਾਨੀ। ਅਤੇ ਭਾਈ ਇੱਦਾਂ ਖਲਾਰਾ ਵੇਖ ਲਓ ਤੁਸੀਂ, ਐ ਮੈਂ ਖਲਾਰਾ, ਓਏ ਮੈਂ ਇੰਨਾ ਸ਼ੁਕਰ ਹੈ ਪੱਟੀ ਵੇਖ ਲਈ, ਨਹੀਂ ਤਾਂ ਮੇਰੀ ਪੱਟੀ ਘਰ ਹੀ ਰਹਿ ਜਾਣੀ ਸੀ। ਗਾਈਸ ਥੈਂਕ ਯੂ, ਤੁਹਾਡੇ ਬਹਾਨੇ ਮੇਰੀ ਪੱਟੀ ਜਿਹੜੀ ਹੈ ਨਾ ਮੈਨੂੰ ਚੇਤਾ ਆ ਗਈ, ਨਹੀਂ ਤਾਂ ਆਹ ਤਾਂ ਜਿੱਥੇ ਦੀ ਇੱਥੇ ਪਈ ਰਹਿ ਜਾਣੀ ਸੀ। ਭਾਵਾਂ ਹੁਣ ਬੰਦਾ ਹੱਥ 'ਚ ਹੀ ਫੜ ਲਵੇ, ਹੈ ਚੇਤਾ ਤਾਂ ਰਵੇਗਾ ਨਾ। ਅਤੇ ਇਹਨੂੰ ਜਾ ਕੇ ਪਾਈਏ ਜੀ ਜਲਦੀ ਜਲਦੀ ਬੈਗ 'ਚ, ਠੀਕ ਹੈ, ਅਤੇ ਪਾਣੀਆਂ ਦੀ ਬੋਤਲ ਛੇਤਰ ਭਰੀਏ, ਕਿਉਂਕਿ ਵਾਹਵਾ ਦੇਰ ਹੋ ਗਈ ਹੈ। ਦੂਰੋਂ ਕੈਰੀ ਦੀਆਂ ਆਵਾਜ਼ਾਂ, ਅੰਕਲ ਪਤਾ ਦੂਰੋਂ ਹੋਰਨ ਕਿਉਂ ਵਜਾ ਦਿੰਦੇ ਨੇ, ਤਾਂ ਕਿ ਮੈਂ ਟਾਈਮ ਨਾਲ ਬਾਹਰ ਨਿਕਲ ਜਾਵਾਂ, ਠੀਕ ਹੈ। ਅਤੇ ਮੈਂ ਹਲੇ ਨਾਸ਼ਤਾ ਵੀ ਨਹੀਂ ਕੀਤਾ, ਮੰਮਾ ਕੋਲੋਂ ਖਰਚਾ ਲੈ ਲੈਂਦੇ, ਅਗਰ ਨਾਸ਼ਤਾ ਨਾ ਵੀ ਹੋਇਆ ਤਾਂ ਕੋਈ ਨਹੀਂ, ਖਰਚਾ ਲੈ ਲਵੇ ਨਾ ਬੰਦਾ, ਉੱਥੇ ਜਾ ਕੇ ਕੁਛ ਖਾ ਸਕਦੀ ਹਾਂ, ਠੀਕ ਹੈ। ਅਤੇ ਫਿਲਹਾਲ ਜਿਹੜਾ ਨਾ ਜਲਦੀ ਜਲਦੀ ਮੈਂ ਆਪਦੇ ਬੈਗ 'ਚ ਪੱਟੀ ਸ਼ਰਟ ਹੀ ਐਡ ਕਰਾਂ, ਐਡ ਰੱਖਾਂ, ਸੋਰੀ, ਲੱਗਦਾ ਕੈਰੀ ਆ ਗਿਆ, ਨਹੀਂ ਨਹੀਂ ਮੈਨੂੰ ਫੀਲ ਹੋਇਆ, ਠੀਕ ਹੈ। ਅਤੇ ਪੱਟੀ ਸ਼ਰਟ ਰੱਖਾਂ, ਪਾਣੀ ਵਾਲੀ ਬੋਤਲ ਭਰਾਂ, ਠੀਕ ਹੈ, ਵੇਖਣੀ ਨਾਸ਼ਤਾ ਬਣ ਕੇ, ਜਲਦੀ ਜਲਦੀ ਨਾਸ਼ਤਾ ਕਰਨੀ ਆ ਅਤੇ ਚੱਲ ਰਹੀ ਹਾਂ ਵੀ। 6 hours later. ਚਲੋ ਜੀ, ਹੁਣ ਨਾ ਕਾਲਜ 'ਚੋਂ ਆ ਕੇ ਅਤੇ ਵੇਖਿਆ, ਅਤੇ ਮੰਮਾ ਜੀ ਤਾਂ ਅੱਜ ਜੀ ਗਏ ਸੀ ਬਾਜ਼ਾਰ, ਠੀਕ ਹੈ, ਬਾਜ਼ਾਰ ਹੁਣੇ ਹੁਣੇ ਆ, ਪਤਾ ਨਹੀਂ ਕਦੋਂ ਦੇ ਆਏ ਹੁਣੇ ਹੁਣੇ, ਖੈਰ ਮੈਂ ਐਵੇਂ ਕਹਾਂ ਹੁਣੇ ਹੁਣੇ, ਕਿਉਂਕਿ ਮੈਂ ਜਦੋਂ ਕਾਲਜ 'ਚ ਆਈ ਉਦੋਂ ਹਲੇ ਮੰਮਾ ਦੀ ਉਹ ਜਾਗਿਆ ਵਗੈਰਾ, ਅਤੇ ਮੰਮਾ ਨੇ ਮਾਸਕ ਮੂਸਕ ਉਵੇਂ ਹੀ ਲਾਇਆ ਹੋਇਆ ਸੀ, ਅਤੇ ਇਸ ਵਾਸਤੇ ਮੇਰੇ ਹਿਸਾਬ ਨਾਲ ਮੰਮਾ ਜੀ ਹੁਣੇ ਹੁਣੇ ਆਏ ਨੇ। ਖੈਰ ਮੈਨੂੰ ਆਈ ਨੂੰ ਵੀ ਕੋਈ 15-20 ਮਿੰਟ ਹੋ ਗਿਆ ਨੇ, ਤਕਰੀਬਨ ਅੱਧਾ ਘੰਟਾ ਹੋ ਗਿਆ ਹੋਏਗਾ ਮੈਨੂੰ ਆਈ ਨੂੰ, ਕਿਉਂਕਿ ਮੈਂ ਵੀ ਚੇਂਜ ਕਰਕੇ ਉਸ ਤੋਂ ਬਾਅਦ ਫਿਰ ਉਹ ਤੁਹਾਨੂੰ ਮੈਂ ਪਤਾ ਨਹੀਂ ਦੱਸਿਆ ਕਿ ਨਹੀਂ, ਗ੍ਰੇ ਫਰੂਟ ਲੈ ਸੀ ਅਸੀਂ, ਉਹ ਖਾਧਾ, ਉਸ ਤੋਂ ਬਾਅਦ ਹੁਣ ਭਾਈ ਮੈਂ ਵਲੋਗ ਕੰਟੀਨਿਊ ਕੀਤਾ। ਅਤੇ ਇੱਧਰ ਖਲਾਰਾ ਚੈੱਕ ਕਰੋ ਮੰਮਾ ਜੀ, ਇਹ ਜਦੋਂ ਮੈਂ ਆਈ ਸੀ ਉਦੋਂ ਆਹ ਤੁਸੀਂ ਕੱਪੜੇ ਛੱਪੜੇ ਕਿਉਂ ਕੱਢਣ ਦਿਆ ਸੀ? ਉਸ ਤੋਂ ਬਾਅਦ ਤਾਂ ਮੈਂ ਅੰਦਰ ਚਲੀ ਗਈ, ਮੈਂ ਬਾਹਰ ਆਈ ਨਹੀਂ, ਕਿਉਂਕਿ ਉਹ ਇਲੈਕਟ੍ਰੀਸ਼ਨ ਵਾਲੇ ਭਾਈ ਆਏ ਹੋਏ ਸੀ ਇਸ ਵਾਸਤੇ। ਉਹ ਇਲੈਕਟ੍ਰੀਸ਼ਨ ਵਾਲੇ ਨੇ ਕਿਹਾ ਸੀ ਵੀ ਉੱਤੇ ਚੜ੍ਹ ਕੇ ਉਹ ਬਲਬ ਲਾਉਣੇ ਨੇ, ਤੇ ਮੈਂ ਕੰਧ ਤੇ ਚੜ੍ਹਾਂ, ਉਹ ਤੇ ਕੋਈ ਉਵੇਂ ਦੀ ਚੀਜ਼ ਤਾਂ ਹੈ ਨਹੀਂ, ਘੋੜੀ ਲੈ ਆਂਦੇ ਥੱਲੋਂ, ਫਿਰ ਆ ਵਿਹਲਾ ਕੀਤਾ, ਉਹ ਵਾਸ਼ਰੂਮ ਚਲੇ ਸੀ ਜਾਣੀ, ਵਾਸ਼ਰੂਮ ਦਾ ਦਰਵਾਜ਼ਾ ਛੋਟਾ, ਅੱਛਾ, ਆ ਖਾਲੀ ਕੀਤਾ, ਇਹ ਚੁੱਕੇ ਉੱਥੇ ਵਾਸ਼ਰੂਮ 'ਚ ਰੱਖਿਆ, ਉਹਦੇ ਉੱਤੇ ਸਕੂਲ ਰੱਖ ਕੇ, ਤੇ ਫਿਰ ਉਹਨੇ ਅੱਜ ਵਾਸ਼ਰੂਮ 'ਚ ਬਲਬ ਲਾਏ। ਅੱਛਾ, ਅੱਜ ਵਾਸ਼ਰੂਮ 'ਚ ਬਲਬ ਲਵਾਏ ਜੇ, ਤਾਂ ਹੀ ਉਹ ਮੈਂ ਆਖਾਂ। ਅਤੇ ਇੱਧਰ ਵੇਖੋ ਜੀ, ਆਹ ਮੇਰੀ ਮਾਸੀ ਨੇ ਸਾਡੀ ਸਬਜ਼ੀ ਬਣਾਤੀ ਹੋਈ ਵਾ, ਠੀਕ ਹੈ, ਬਾਕੀ ਆ ਸਾਰਾ ਖਲਾਰਾ ਤੁਸੀਂ ਵੇਖ ਸਕਦੇ। ਉਹ ਮੇਰੀ ਮੰਮਾ ਜੀ ਮੇਰੇ ਦੋ ਨਵੇਂ ਸੂਟ ਲੈ ਕੇ ਆਏ ਨੇ ਅੱਜ, ਮੇਰੀ ਮੰਮਾ ਕਹਿੰਦੀ ਕਿ ਮੇਰੀ ਧੀ ਕੋਲ ਕੋਈ, ਅਤੇ ਮੈਂ ਐਵੇਂ ਖੁਸ਼ ਫਹਿਮੀਆਂ ਪਾਲੀ ਬੈਠੀ ਹਾਂ, ਅਤੇ ਮੈਂ ਕਹਿਣ ਲੱਗੀ ਸਾਂ ਮੇਰੀ ਮੰਮਾ ਕਹਿੰਦੀ ਮੇਰੀ ਧੀ ਕੋਲ ਕੋਈ ਸੂਟ ਨਹੀਂ ਹੈ, ਚੱਲ ਮੈਂ ਆਪਦੀ ਧੀ ਨੂੰ ਦੋ ਸੂਟ ਲਿਆ ਦਾਂਗੀ। ਅਤੇ ਮੰਮਾ ਨੇ ਕੋਈ ਕਹਤਾ ਤੇਰੇ ਮੰਮਾ ਬਾਕੀ ਭਾਈ ਆ ਲਾਲਾ, ਲਾਲਾ ਨੇ ਮੰਗਵਾਏ ਸੀ ਤੋਸ਼ੀਬਾ ਵਾਲਿਆਂ ਦੇ ਸੈੱਲ, ਕਿਉਂਕਿ ਲਾਲਾ ਦੀ ਜਿਹੜੀ ਬਲੱਡ ਪ੍ਰੈਸ਼ਰ ਵਾਲੀ ਮਸ਼ੀਨ ਹੈ ਨਾ, ਬਲੱਡ ਪ੍ਰੈਸ਼ਰ ਵਾਲੀ, ਲੈਦ ਬਲੈਦ ਵਾਲੀ ਮਸ਼ੀਨ ਜਿਹੜੀ ਹੈ ਨਾ, ਉਹਦੇ ਥੈਲ ਖਤਮ ਹੋ ਗਿਆ ਸੀ, ਉਹ ਇਹਦੇ ਨਾਲ ਸੈੱਲ ਖਤਮ ਹੋ ਗਿਆ, ਤਾਂ ਇਸ ਵਾਸਤੇ ਭਾਈ ਜਿਹੜਾ ਨਾ ਨਵੀਂ ਲਿਆਂਦੀ ਵਾ। ਅਤੇ ਕੀ ਨਾਮ ਸੀ ਮੰਮਾ ਜੀ, ਕੀ ਕਹਿੰਦੇ ਪਏ, ਕੀ ਕਹਿੰਦੇ ਪਏ?
ਪਰਚੀਆਂ ਵਿੱਚੋਂ ਲੱਭਣ ਦਾ ਇਹ ਵੀ ਕੋਈ 10 ਰੁਪਏ ਲੱਭ ਜਾ ਕਿਉਂਕਿ ਅੱਜ ਮੰਮਾ ਤੁਸੀਂ ਅੱਜ ਸ਼ਹਿਰ ਗਏ ਸੀ ਅਤੇ ਕੋਈ ਦਸਤੇ ਦੁਸਤੇ ਜਿਹੜੇ ਤੁਸੀਂ ਇੰਨੇ ਬੜੇ ਲੈ ਕੇ ਆਏ ਜੀ ਕਾਹਦੇ ਵਾਸਤੇ ਲੈ ਕੀ ਮਤਲਬ ਵੀ ਆਹ ਕੀ ਦੁੱਖ ਹੋਇਆ ਵੀ ਹੈ ਜਿਹੜੇ ਬਣੇ ਬਣਾਏ ਨੇ ਨਾ ਉਹ ਦੋ ਆਪਣੇ ਨੇ ਹਾਏ ਅੱਲਾ ਅੱਛਾ ਠੀਕ ਠੀਕ ਹਲੇ ਮੈਂ ਘਰ ਨਹੀਂ ਆਈ ਤੇ ਉਹ ਇਲੈਕਟ੍ਰੀਸ਼ਨ ਵਾਲਾ ਆ ਗਿਆ ਉਹ ਖਿਲਾਰੇ ਪੈ ਗਿਆ ਸਾਰੇ ਹੁਣ ਇਹ ਮੇਰੇ ਕੋਲ ਮੈਂ ਤੇ ਸਾਹ ਵੀ ਨਹੀਂ ਲਿਆ ਹੈਗਾ ਹਾਂਜੀ ਤੇ ਉਹ ਤਾਂ ਤੂੰ ਦਿਮਾਗ ਖਾਣ ਡਈ ਹਾਂਜੀ 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 ਮੈਂ ਤੁਹਾਡਾ ਦਿਮਾਗ ਖਾ ਕੇ ਜਿਹੜਾ ਮਜ਼ਾ ਆਉਂਦਾ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹਾਂ ਫਿਰ ਉਹੀ ਗੱਲ ਮੇਰੇ ਦੋ ਸੂਟ ਵੀ ਤੁਸੀਂ ਲੈ ਕੇ ਆਏ ਜੇ ਹਨਾ ਮਮਾ ਲੈ ਹੈ ਕੀ ਗੱਲ ਹੋਈ ਵੀ ਫਿਰ ਮੈਂ ਤੁਹਾਨੂੰ ਇੱਕ ਵਾਰੀ ਆਖਿਆ ਸੀ ਕਿ ਮੈਨੂੰ ਪੁਆਇੰਟਰ ਲਿਆ ਦੇ ਤੁਸੀਂ ਪੁਆਇੰਟਰ ਲਿਆਂਦੇ ਨੀ ਹਾਲੀ ਤਨਖਾਹ ਨਹੀਂ ਮਿਲੀ ਨਹੀਂ ਮੰਮਾ ਲੈ ਫਿਰ ਸੌਦੇ ਤੇ ਆ ਸਾਰਾ ਕੁਛ ਕਿੱਥੋਂ ਆ ਗਿਆ ਹੈ ਇਹ ਸੌਦੇ ਤੇ ਆ ਸਾਰਾ ਕੁਛ ਬਸ ਆ ਗਿਆ ਕਿੱਥੋਂ ਆਪਾਂ ਨੇ ਦੱਸਿਆ ਨਹੀਂ ਕਿ ਫੋਨ ਨੂੰ ਮਸਲਾ ਬਣਿਆ ਹੋਇਆ ਪੈਸੇ ਨਹੀਂ ਨਿਕਲਦੇ ਹਾਂ ਤੇ ਫਿਰ ਮੰਮਾ ਸੌਦਾ ਸੌਦਾ ਤੁਸੀਂ ਲੈ ਆਏ ਧਾਰ ਲੈ ਕੇ ਆਏ ਧਾਰ ਲੈ ਕੇ ਆਏ ਜੀ ਪਿੰਡ ਵਸੇ ਅਵੀਂ ਸਵੀਂ ਮੰਗਤੇ ਨੂੰ ਕਾਹਦੀ ਕਮੀ ਆ ਵੀ ਗੱਲ ਸਹੀ ਇਹਦਾ ਮਤਲਬ ਕੀ ਤੇ ਬਾਕੀ ਭਾਈ ਹੁਣ ਜਿਹੜਾ ਨਾ ਖਲਾਰਾ ਸ਼ਲਾਰਾ ਚੱਕਣਾ ਵਾ ਆਹ ਲਾ ਵੀ ਖਲਾਰਾ ਚੱਕਣਾ ਵਾ ਖੈਰ ਟਾਈਮ ਹੋਣਾ ਨਾ ਟਿਊਸ਼ਨ ਦਾ ਆਪਾਂ ਤਾਂ ਬਸਤਾ ਕਲੋਜ਼ ਕਰੀਏ ਤੇ ਟਿਊਸ਼ਨ ਚੱਲੀਏ ਪਿੱਛੋਂ ਮੰਮਾ ਦੀ ਚੱਕਦੇ ਰਹਿਣ ਹੈ ਵੀ ਮੰਮਾ ਠੀਕ ਹੈ ਨਾ ਮੰਮਾ ਕੋਈ ਮਸਲਾ ਨਹੀਂ ਇੱਦਾਂ ਹੀ ਗੱਲ ਹੈ ਨਾ ਮੰਮਾ ਨੌਕਰ ਕੀ ਤੇ ਨਖਰਾ ਕੀ ਅੱਲ ਆ ਮਾ ਗੱਲ ਤੁਸੀਂ ਉਧਰ ਨੂੰ ਲਾਜ਼ਮੀ ਲੈ ਕੇ ਜਾਣੀ ਹੁੰਦੀ ਵੀ ਨੌਕਰ ਕੀ ਤੇ ਨਖਰਾ ਕੀ ਇਹ ਗਾਇਸ ਮਾਵਾਂ ਦਾ ਕੁਛ ਨਹੀਂ ਹੋ ਸਕਦਾ ਅਤੇ ਮੈਂ ਹੁਣ ਜਿਹੜਾ ਨਾ ਕੱਲ੍ਹ 'ਚੋਂ ਆ ਕੇ ਜਿਹੜਾ ਨਾ ਕੀ ਨਾਮ ਸੀ ਸਾਹ ਸੁੱਤਾ ਲੈ ਹੀ ਲਿਆ ਹੁਣ ਬੈਗ ਬੁੱਕ ਕਲੋਜ਼ ਕਰੀਏ ਕਿਉਂਕਿ ਟਿਊਸ਼ਨ ਦਾ ਟਾਈਮ ਹੋਣ ਵਾਲਾ ਵਾ ਅਤੇ ਫਿਰ ਹੁਣ ਟਿਊਸ਼ਨ ਆ ਕੇ ਕੀ ਨਾਮ ਸੀ ਵੇਖਾਂਗੇ ਵੀ ਕੀ ਕਰਨਾ ਫਿਲਹਾਲ ਤਾਂ ਨਾ ਬਸਤਾ ਬੁਸਤਾ ਕਲੋਜ਼ ਕਰੀਏ ਉਸ ਤੋਂ ਬਾਅਦ ਮਿਲਣੇ ਹਾਂ ਅਤੇ ਆਮਦਾ ਬਾਜੀ ਆ ਲਵੇ ਅੱਜ ਆਮਦਾ ਵੀ ਆਪਾਂ ਨੂੰ ਸਾਰੀ ਦਿਹਾੜੀ ਨਹੀਂ ਮਿਲੀ ਮੁਲੀ ਹੈਗੀ ਅਤੇ ਆਮਦਾ ਨਾਲ ਵੀ ਝੱਟ ਬਹਿ ਕੇ ਗੱਲਾਂ ਛੱਲਾਂ ਕਰਾਂਗੇ ਉਸ ਤੋਂ ਬਾਅਦ ਫਿਰ ਅੱਗੇ ਵੇਖਾਂਗੇ ਵੀ ਕੀ ਕਰਨਾ ਹੁਣ ਜਿਹੜਾ ਨਾ ਮੈਂ ਕਰਨ ਲੱਗੀ ਹਾਂ ਜੀ ਚਾਵਲ ਗਰਮ ਕਿਉਂਕਿ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਵਾ ਠੀਕ ਹੈ ਆਮਦਾ ਆ ਗਈ ਵਾ ਉੱਥੇ ਆਮਦਾ ਖਾਣਾ ਵਗੈਰਾ ਕੋਲ ਬੈਠੀ ਹੋਈ ਵਾ ਠੀਕ ਹੈ ਅਤੇ ਮੈਂ ਸੋਚਿਆ ਵੀ ਕਿਉਂ ਨਾ ਜਲਦੀ ਜਲਦੀ ਚਾਵਲ ਗਰਮ ਕਰਕੇ ਲੈ ਜਾਣ ਠੀਕ ਹੈ ਆਹ ਚਾਵਲ ਉਹ ਜਿਸ ਦਿਨ ਪਾਪਾ ਆਏ ਸੀ ਉਸ ਦਿਨ ਪਕਾਏ ਸੀ ਉਹ ਹਰੇ ਤੱਕ ਸਾਡੇ ਚੱਲਣ ਦੇਣ ਠੀਕ ਹੈ ਅਤੇ ਆਹ ਸਾਲਣ ਵੀ ਕਿਉਂਕਿ ਵਿੱਚੋਂ ਫਿਰ ਅਸੀਂ ਰੋਟੀ ਸ਼ੋਟੀ ਪਕਾਉਣ ਲੱਗ ਪਿਆ ਚਾਵਲ ਮੈਂ ਹੀ ਦੋ ਦਿਨ ਨਾ ਨਾਸ਼ਤੇ 'ਚ ਖਾ ਕੇ ਗਈ ਸੀ ਇਸ ਵਾਸਤੇ ਅਤੇ ਬਾਕੀ ਓਏ ਚਾਵਲ ਡਿੱਗ ਪਏ ਸੋਰੀ ਗਾਈਸ ਅਤੇ ਨਾ ਆਹ ਜਿਹੜੇ ਚਾਵਲ ਡਿੱਗਣ ਨਾ ਅਤੇ ਇਹਨਾਂ ਦੀ ਅਹਤਿਆਤ ਕਰਿਆ ਕਰੋ ਕਿਉਂਕਿ ਪਤਾ ਨਹੀਂ ਹਕੀਕਤ ਕਿ ਨਹੀਂ ਖੈਰ ਮੈਨੂੰ ਸਾਨੂੰ ਬਚਪਨ 'ਚ ਮੰਮਾ ਦੱਸਦੀ ਹੁੰਦੀ ਸੀ ਇੱਕ ਇੱਕ ਚਾਵਲ 'ਤੇ 70-70 ਫਰਿਸ਼ਤੇ ਹੁੰਦੇ ਆ ਇਸ ਵਾਸਤੇ ਅਤੇ ਅਸੀਂ ਕਹਿੰਦੇ ਹੁੰਦੇ ਸੀ ਮੰਮਾ ਅਸੀਂ ਫਰਿਸ਼ਤੇ ਫਿਰ ਜਦੋਂ ਆਪਾਂ ਚਾਵਲ ਖਾਂਦੇ ਉਦੋਂ ਕਿੱਥੇ ਜਾਂਦੇ ਨੇ ਠੀਕ ਹੈ ਹੁਣ ਤੁਸੀਂ ਸਮਝ ਸਕਦੇ ਸੀ ਕੀ ਸਵਾਲ ਕਰਦੇ ਹੋ ਕਹਿੰਦੇ ਸੀ ਵੀ ਅਸੀਂ ਫਰਿਸ਼ਤੇ ਖਾ ਲੈਂਦੇ ਹਾਂ ਠੀਕ ਹੈ ਅਤੇ ਕਹੀ ਲਓ ਜੀ ਹੁਣ ਸਾਸਪੈਨ ਨੂੰ ਰੱਖੋ ਉੱਪਰ
ਵਿੱਚ ਐਡ ਕਰੋ ਸਾਲਨ, ਕਿਉਂਕਿ ਅਸੀਂ ਨਾ ਐਵੇਂ ਕਰੀਦਾ ਸਾਲਨ ਐਡ ਕਰਕੇ ਤੇ ਚਾਵਲ ਗਰਮ ਕਰੀ ਦੇਣ। ਚਾਵਲ ਮਾਸ਼ਾਅੱਲਾ ਗਰਮ ਹੋ ਗਿਆ ਹੋਏ ਨੇ ਸਾਡੇ, ਮਾੜੇ ਮਾੜੇ ਮੋਟੇ ਬਸ ਮੈਂ ਅੱਜ ਕਰਕੇ ਗਰਮ ਕਰ ਲਿਆ। ਮੈਂ ਕਹਿੰਦੀ ਕਿ ਨੀਮ ਗਰਮ ਕਰ ਲਓ ਪੁੱਤਰ, ਬਸ ਕੀ ਨਾਮ ਸੀ, ਇੰਨਾ ਜ਼ਿਆਦਾ ਗਰਮ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਵੇਖੋ ਚਾਵਲ ਗਰਮ ਹੋ ਗਿਆ, ਨਹੀਂ ਤਾਂ ਪਲੇਟਾਂ ਸ਼ਲੇਟਾਂ ਮੈਂ ਅਸੀਂ ਐਡ 'ਤੇ ਰੱਖ ਲਈਆਂ ਨੇ, ਅਤੇ ਹੁਣ ਭਾਈ ਪਲੇਟਾਂ 'ਚ ਐਡ ਕਰਨੀ ਅਤੇ ਲੈ ਕੇ ਜਾਣੀ ਹੈ ਜੀ ਮੰਮਾ ਹੋਰਾਂ ਕੋਲ, ਤਾਂ ਕਿ ਛੇਤੀ ਛੇਤੀ ਚਾਵਲ ਸ਼ਾਵਲ ਖਾਈਏ, ਕਿਉਂਕਿ ਅੱਜ ਹੋ ਗਿਆ ਅਸੀਂ ਵਾਹਵਾ ਹੀ ਲੇਟ ਟਿਊਸ਼ਨ, ਠੀਕ ਹੈ। ਅਤੇ ਮੈਂ ਕਿਹਾ ਚਲੋ ਥੋੜ੍ਹੀ ਦੇਰ ਹੋਰ ਲੇਟ ਸਹੀ ਖਾ ਪੀ ਕੇ ਫਿਰ ਹੀ ਜਾਵਾਂਗੇ, ਅਤੇ ਜਾਣਾ ਤਾਂ 4 ਵਜੇ ਹੁੰਦਾ, ਲੇਕਿਨ ਹੁਣ ਜਿਹੜਾ ਨਾ ਸਰਦੀਆਂ ਵਾਲਾ ਸੀਜ਼ਨ ਆਉਂਦਾ ਜਾਂਦਾ ਨਾ, ਦਿਨ ਛੋਟੇ ਹੁੰਦੇ ਜਾਂਦੇ ਨੇ। ਅੱਛਾ ਦਿਨ ਨਿੱਕੇ ਆਉਣ ਲੱਗ ਪਏ, ਰਾਤਾਂ ਵੱਡੀਆਂ ਹੋ ਲੱਗ ਪਈਆਂ, ਲੇਕਿਨ ਸਰਦੀ ਨਹੀਂ ਆਈ, ਠੀਕ ਹੈ। ਅਤੇ ਮੌਸਮ ਅੱਗੇ ਤਾਂ ਗਰਮੀ ਨਹੀਂ ਲੱਗਦੀ ਸੀ, ਨੀਂਦ ਨਹੀਂ ਆਉਂਦੀ ਹੁੰਦੀ ਸੀ ਰਾਤ ਨੂੰ, ਹੁਣ ਉੱਤੋਂ ਮੌਸਮ ਰੰਗ ਬਿਰੰਗਾ ਹੋ ਗਿਆ ਵਾ, ਵੀ ਜੇ ਖੇਸ ਲਈਏ ਤਾਂ ਗਰਮੀ ਲੱਗਦੀ, ਖੇਸ ਜਾਂ ਕੰਬਲ ਕੁਛ ਵੀ, ਕੰਬਲ ਵੈਸੇ ਅਸੀਂ ਲਈ ਦੇ ਨੇ, ਅਤੇ ਜੇ ਨਾ ਲਈਏ ਤਾਂ ਸਾਨੂੰ ਸਰਦੀ ਲੱਗਦੀ ਵਾ। ਇਸ ਵਾਸਤੇ ਅਸੀਂ ਪੱਖਾ ਹਲਕਾ ਜਿਹਾ ਚਲਾ ਕੇ ਅਤੇ ਉੱਤੇ ਕੰਬਲ ਲੈ ਕੇ ਸੋਈ ਦੇ ਨੇ ਭਾਈ, ਠੀਕ ਹੈ। ਅਤੇ ਬਾਕੀ ਭਾਈ ਹੁਣ ਜਿਹੜਾ ਨਾ ਜਲਦੀ ਜਲਦੀ ਖਾਣਾ ਸ਼ਾਣਾ ਖਾ ਲਈਏ, ਕਿਉਂਕਿ ਭੁੱਖ ਬਹੁਤ ਲੱਗੀ ਹੋਈ ਵਾ, ਢਿੱਡ 'ਚ ਉਹ ਹੋ ਰਹੀਆਂ ਕੀ ਉਹਨਾਂ ਨੂੰ ਕਹੀਦਾ, ਲੀਆਂ ਸਮਝ ਸਕਦੇ ਜੀ। ਚਲੋ ਸਮਝ ਸਕਦੇ ਤਾਂ ਠੀਕ ਹੈ, ਵੈਰੀ ਗੁੱਡ, ਨਹੀਂ ਸਮਝ ਸਕਦੇ ਤਾਂ ਫਿਰ ਭਾਈ ਤੁਹਾਡਾ ਕੁਛ ਨਹੀਂ ਹੋ ਸਕਦਾ, ਅਤੇ ਅਸੀਂ ਭਾਈ ਉਹਨਾਂ ਛੇਤੀ ਰੋਟੀ ਖਾ ਲਈਏ, ਅਤੇ ਹੁਣ ਫਿਰ ਰੋਟੀ ਖਾਣ ਤੋਂ ਬਾਅਦ ਹੀ ਮਿਲਾਂਗੇ। 3 hours later. ਚਲੋ ਜੀ ਗਾਈਸ, ਹੁਣ ਜਿਹੜਾ ਨਾ ਮੈਂ ਟਿਊਸ਼ਨ ਆ ਗਈ ਹਾਂ, ਅਤੇ ਟਿਊਸ਼ਨ ਹੁਣੇ ਹੁਣੇ ਆਈ ਹਾਂ, ਅਤੇ ਅਜ਼ਾਨਾਂ ਹੋ ਗਈਆਂ ਸੀ ਮਗਰ ਦੀਆਂ, ਬਾਈ ਵੀ ਜਿਹੜਾ ਵਜ਼ੂ ਕਰਕੇ ਅਤੇ ਰੈਡੀ ਹੋ ਗਿਆ ਸੀ, ਅਤੇ ਸੈਨ ਨੇ ਜੀ ਵੇਖ ਲਿਆ ਛਾਪਰ, ਅਤੇ ਵੇਖ ਕੇ ਕਹਿੰਦਾ ਵੀ ਲੈ ਨਹੀਂ ਭੈਣਾਂ, ਦੱਸੋ ਦੋ ਦੋ ਸੂਟ ਅਤੇ ਇਹ ਦੋ ਸੂਟ ਕਿੰਦੇ ਨੇ? ਹੁਸੈਨ ਆਪਕੋ ਇਸਕਾ ਰਿਪਲਾਈ ਚਾਹੀਏ, ਇਹ ਦੋਵੇਂ ਸੂਟ ਮੇਰੇ ਨੇ। ਲੈ ਮੰਮਾ ਜੀ ਸਾਡੇ, ਮੈਨੂੰ ਵੇਚ ਲਓ। ਮੰਮਾ ਇਹ ਕੀ ਤੁਸੀਂ ਹਰ ਗੱਲ ਤੇ ਕਹਿੰਦੇ ਮੈਨੂੰ ਵੇਚ ਲਓ, ਆਇਸ਼ਾ ਦੇ ਆ ਗਿਆ, ਆਇਸ਼ਾ ਬਾਰੇ ਵੀ ਫਿਰ ਕਹਿੰਦੇ ਮੈਨੂੰ ਵੇਚ ਲਓ। ਓਏ ਐਕਸਕਿਊਜ਼ ਮੀ, ਮੇਰੇ ਕੋਲ ਕੱਪੜੇ ਨਹੀਂ ਹੈਗੇ, ਸਾਡੇ ਕੋਲ ਨਹੀਂ ਹੈਗੇ, ਵਰਦੀਆਂ ਗੰਦੀਆਂ ਹੀ ਆਈਆਂ ਪਈਆਂ। ਤੁਹਾਡੇ ਵਰਦੀਆਂ ਤਾਂ ਹੈ ਨਾ ਸਹਿਨ, ਤੂੰ ਹੁਣ ਦੱਸਣਾ ਇਹ ਕਿਹੜਾ ਸੂਟ ਸੋਹਣਾ, ਇੱਕ ਮਿੰਟ। ਚੱਲ ਸੈਂ ਹੁਣ ਤੂੰ ਦੱਸਣਾ ਹੈ ਸਭ ਤੋਂ ਸੋਹਣਾ ਸੂਟ ਕਿਹੜਾ? ਦੋ ਸੂਟ ਨੇ, ਇੱਕ ਲਾਈਟ ਕਲਰ ਦਾ ਅਤੇ ਇੱਕ ਡਾਰਕ ਕਲਰ ਦਾ ਵਾ, ਠੀਕ ਹੈ। ਸੈਂ ਖੋਲ ਕੇ ਵੇਖੇਗਾ ਜੀ, ਇਹ ਜਿਹੜਾ ਸੂਟ ਹੈ 2-piece ਸੂਟ ਹੈ, ਇਹਦੇ ਨਾਲ ਦੁਪੱਟਾ ਨਹੀਂ ਹੈਗਾ ਜੀ। ਸਿੰਪਲ ਨਹੀਂ ਹੈ? ਹਾਂ ਸਿੰਪਲ ਹੀ ਆ, ਦੁਪੱਟਾ ਹੀ ਹੋ ਕੀ ਹੈ, ਆ ਦੁਪੱਟਾ। ਹਾਂ ਜੀ। ਅੱਛਾ ਅੱਛਾ, ਸੌਰੀ ਸੌਰੀ, ਮੈਨੂੰ ਨਹੀਂ ਪਤਾ ਸੀ। 3-piece ਸੂਟ ਹੈ, ਉਹ ਕਮੀਜ਼ ਸ਼ਲਵਾਰ ਆਲ ਓਵਰ ਵਿੱਚ ਹੈ ਤੇ ਆ ਦੁਪੱਟਾ ਨਾਲ। ਸਹੀ ਹੋ ਗਿਆ, ਹੋ ਗਿਆ, ਚੱਲਿਆ। ਲੋ ਜੀ ਗਾਈਸ, ਦਿਸ ਇਜ਼ ਮਾਈ ਫਸਟ ਸੂਟ, ਸੋਰੀ ਦੁਪੱਟਾ, ਦਿਸ ਇਜ਼ ਮਾਈ ਫਸਟ ਦੁਪੱਟਾ, ਇਹਦਾ ਪ੍ਰਿੰਟ ਬਹੁਤ ਪਿਆਰਾ ਬਣਿਆ। ਇੱਕ ਮਿੰਟ, ਲੋ ਜੀ ਗਾਈਸ, ਤੁਸੀਂ ਦੁਪੱਟਾ ਵੇਖ ਲਓ, ਠੀਕ ਹੈ। ਅਤੇ ਚਲੋ ਜੀ ਹੁਣ ਸੈਂ, ਚਲੋ ਵੀ ਬਸ ਆ ਇੰਨਾ ਕੋਈ ਵਿਖਾ ਦੇ ਖੋਲ ਕੇ। ਲਓ ਜੀ ਗਾਈਸ, ਇਹ ਸੂਟ ਦਾ ਪ੍ਰਿੰਟ ਹੈ ਸਾਰਾ, ਠੀਕ ਹੈ, ਇੱਦਾਂ ਹੀ ਹੈ ਸਾਰਾ। ਹਾਂ ਮੰਮਾ ਜੀ, ਇੱਥੇ ਤਾਂ ਉਹਨੇ ਚੁੰਨੀ ਦਾ ਉਹ ਟਰੋਜ਼ਰ ਬਣਾਇਆ ਉਰੇ ਫੜਾ ਗਾਈਸ, ਆ ਵੇਖੋ ਇੱਥੇ ਉਹਨੇ ਚੁੰਨੀ ਦਾ ਟਰੋਜ਼ਰ ਬਣਾਇਆ ਅਤੇ ਉਹ ਕਮੀਜ਼ ਬਣਾਇਆ, ਚੁੰਨੀ ਉਹਨੇ ਨਾਲ ਲਈ ਨਹੀਂ, ਸ਼ਰਮ ਤਾਂ ਨਹੀਂ ਆਉਂਦੀ ਵੈਸੇ ਤੈਨੂੰ? ਨਾ ਭਾਈ, ਚੱਲ ਬੇਟੇ ਗੁੱਸਾ ਵੀ ਖੋਲ, ਗੱਲ ਕਰ ਲੂੰਗੀ ਤੈ ਸਹਿਣ, ਅਸੀਂ ਇਹਨੂੰ ਤੈ ਲਾ ਲਾਂਗੇ, ਛੱਡ ਪਰਾ, ਤੁਸੀਂ ਆ ਵੇਖੋ ਤੇ ਜਾਓ, ਤੁਹਾਡੀ ਟਾਈਮ ਹੋ ਰਿਹਾ ਦਰਸ ਦਾ। ਲਓ ਜੀ ਨੈਕਸਟ ਸੂਟ ਦਾ ਗੱਤਾ ਵਿਖਾਓ ਮਾਮਾ ਜੀ, ਇਹ ਲੋਨ ਦੇ ਨੇ? ਲਓ ਜੀ ਗਾਈਸ, ਇਹ ਕੁੜੀ ਸੋਹਣੀ, ਇਹਨੇ ਚੁੰਨੀ ਵੀ ਲਈ ਹੋਈ, ਇਹਦੇ ਨਾਲ ਜੁੱਤੀ ਵੀ ਮੈਚ ਪਾਈ ਹੋਈ, ਆ ਵੇਖੋ ਪ੍ਰਿੰਟ ਇਧਰ ਵੇਖੋ, ਮਾਈਆਂ ਅਗਰ ਮੰਮਾ ਨੇ ਤੁਸੀਂ ਮੈਨੂੰ ਸੂਟ ਲਿਆ ਕੇ ਦਿੱਤਾ, ਇਹਦਾ ਪ੍ਰਿੰਟ ਬਹੁਤ ਵੱਡਾ ਹੈ, ਹੈ
ਲੈਸਾਂ ਕਿੱਥੇ ਨੇ? ਮੈਂ ਲੈਸਾਂ ਨੀ ਵੇਖੀਆਂ। ਹਾਏ ਹਾਏ ਨੀ ਭੈਣਾ, ਮੰਮਾ ਸਾਡੀਆਂ ਵਰਦੀਆਂ ਕਦੋਂ ਆਣੀਆਂ ਇਹ ਦੱਸੋ ਪਹਿਲਾਂ। ਰੋਟੀ ਦੀ ਵਈ ਸੋਈ ਉਹਦੀ ਆ ਗ੍ਰੀਨ ਵਾਲੀ ਲੈਸ ਸੋਹਣੀ। ਅੱਛਾ ਜੀ ਠੀਕ ਹੋ ਗਿਆ ਜੀ। ਗਾਈਸ ਆ ਵੇਖੋ ਮੈਂ ਨਾ ਭਾਂਡੇ ਧੋਤੇ, ਮੇਰੇ ਹੱਥ ਕਿਵੇਂ ਦੇ ਹੋ ਗਿਆ। ਸਾਨੂੰ ਨਾ ਭੁੱਖ ਲੱਗੀ ਹੋਈ ਸੀ, ਭੁੱਖ ਤੇ ਇਹ ਰੋਟੀ ਭੁੱਖ ਲੱਗੀ ਹੋਈ ਸੀ ਤੇ ਤੁਸੀਂ ਨਾ ਬਾਹਰ ਫਿਰਦੇ, ਤੁਹਾਡੀ ਭੁੱਖ ਮੁੱਕ ਜਾਂਦੀ। ਹਾਏ ਰੋਟੀ ਬੱਗੀ ਨਹੀਂ ਸੀ, ਹਾਏ ਮਮਾ ਆਟਾ ਗੁੰਦੀ ਪਈ ਸੀ। ਉਹ ਜਿਹੜਾ ਇੰਨਾ ਉਹ ਇਲੈਕਟ੍ਰੀਸ਼ੀਅਨ ਨੇ ਖਲਾਰਾ ਪਾਇਆ ਸੀਗਾ ਉਹ ਚੱਕਿਆ ਐਲ ਲੁਕਿੰਗ ਲਾਈਕ ਵਾਓ। ਇਹ ਚੁੰਨੀ ਤੇ ਵੀ ਲਾਣੀ ਹੈ ਮਮਾ? ਇਲੈਕਟ੍ਰੀਸ਼ੀਅਨ ਕਹਿ ਦਿੰਦੇ ਕਿ ਮੋੜ ਦਾ ਢੱਕਣਾ ਲਾ ਜਾਂਦਾ। ਉਹ ਕਹਿੰਦਾ ਟਾਈਮ ਨਹੀਂ ਹੈ ਫਿਰ ਕਿਸੇ ਦੇ ਇਲੈਕਟ੍ਰੀਸ਼ੀਅਨ ਨਾ ਸਾਰੀ ਦੁਨੀਆ 'ਤੇ ਕੰਮ ਕਰ ਕੁਰ ਕੇ ਅਤੇ ਐਂਡ 'ਤੇ ਮਾੜਾ ਜਿਹਾ 5 ਮਿੰਟ ਕੱਢ ਕੇ ਸਾਡੇ ਵੱਲੇ ਫੇਰਾ ਮਾਰਨ ਆ ਜਾਂਦਾ। ਸਾਨੂੰ ਭੁੱਖ ਲੱਗੀ ਹੋਈ ਸੀ। ਅੱਛਾ ਜਾ ਲੈ ਲਓ ਜੀ ਗਾਈਸ, ਇਹਦਾ ਵੀ ਲੁੱਕ ਵੇਖ ਲਓ ਤੁਸੀਂ। ਮੰਮਾ ਬਹੁਤ ਸੋਹਣਾ ਲੱਗਣ ਦਿਆ, ਮਾਸ਼ਾਅੱਲਾ ਮਾਸ਼ਾਅੱਲਾ। ਮੈਨੂੰ ਗ੍ਰੀਨ ਵਾਲੀ ਲੈਸ ਬੜੀ ਸੋਹਣੀ ਲੱਗਦੀ ਹੈ। ਅਤੇ ਉਹ ਤੇਰਾ ਬੁੱਸ ਗਿਆ ਨਾ ਮੂੰਹ, ਆਹਦਾ ਮੂੰਹ ਹਾਰ ਸਹੀ ਕਰ, ਇਹਨੂੰ ਕੈਮਰੇ ਨੂੰ ਪਿੱਛੇ ਕਰਕੇ ਮੁਹਾਰ, ਬੜਾ ਪਿਆਰਾ ਲੱਗਣ ਡਿਆ। ਮੰਮਾ ਜੀ ਤੇ ਇੱਕ ਤੇਰਾ ਤੇ ਇੱਕ ਮੇਰਾ, ਕਿਉਂ ਮੈਂ ਇਨਸਾਨ ਨਹੀਂ? ਸਦੀਆਂ ਬਾਅਦ ਮੈਂ ਇੱਕ ਸੂਟ ਦੀ ਫਰਮਾਇਸ਼ ਕੀਤੀ ਸੀ। ਹੈਂ ਇੱਕ ਆ ਗਿਆ ਨਾ ਤੇਰੀ ਸਾਲਗੀ ਦਾ ਵਾਸਤੇ, ਹੁਣ ਜਿਸ ਦਿਨ ਗਿਆ। ਆਹ ਸਾਲਗਿਰਾ ਤਾਂ ਗਿਫਟ ਹੈ। ਹਾਂਜੀ ਆਹ ਵਾਪਸ ਦੇ ਘਰ ਆ, ਵਾਪਸ ਘਰ ਆ ਇਹਨੂੰ ਭਾਈ। ਜਿਸ ਦਿਨ ਗਈ ਉਸ ਦਿਨ ਫਿਰ ਆਮਨਾ ਵਾਸਤੇ ਇੱਕ ਸੂਟ ਲੈ ਆਵਾਂ। ਲਓ ਜੀ ਗਾਈਸ, ਇੱਦਾਂ ਮੇਰੀ ਨਾਨੂ ਦੁਪੱਟਾ ਲੈਂਦੀ ਹੁੰਦੀ ਜਦੋਂ ਨਾਨੂ ਆਉਂਦੀ ਹੁੰਦੀ ਸਾਡੇ ਘਰ। ਵੈਸੇ ਇੱਦਾਂ ਇੱਦਾਂ ਸਹੀ ਲੱਗਦਾ ਮੰਮਾ, ਮੈਂ ਸਵੇਰ ਤੋਂ ਕਾਲਜ ਇੱਦਾਂ ਕਰਕੇ ਜਾਇਆ ਕਰਨਾ। ਸਹੀ ਹੈ ਨਾ ਗਾਈਸ, ਨਕਾਬ ਦਾ ਨਕਾਬ ਹਜਾਬ ਦਾ ਹਜਾਬ। ਲੈਵੇਂ ਕਿੱਡੀ ਸੋਹਣੀ ਲੱਗਣ ਦੀ, ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਦੋਵੇਂ ਲੈਣੇ ਮੈਂ ਤਾਂ, ਦੋਵੇਂ ਲੈਣੇ ਨੇ ਮੈਂ ਤਾਂ, ਦੋਵੇਂ ਲੈਣੇ ਵਾਲੀ ਲੈਸ ਲੱਗਣੀ। ਉਹ ਮੈਂ ਇਹਦੇ ਨਾਲ ਨਾ ਪਹਿਲੇ ਐਵੇਂ ਦੀ ਲੈਸ ਲਈ ਸੀ, ਫਿਰ ਮੈਂ ਕਿਹਾ ਜੇ ਆਸ਼ਾ ਨੇ ਕਿਹਾ ਮੈਂ ਆਹ ਨਹੀਂ ਲੈਣਾ ਉਹ ਲੈਣਾ, ਤੇ ਫਿਰ ਮੈਨੂੰ ਤਾਂ ਉਹ ਲੈਸ ਨਹੀਂ ਨਾ ਸੋਹਣੀ ਲੱਗਣੀ, ਫਿਰ ਮੈਂ ਹਲਕੇ ਰੰਗ ਦੀ ਲੈ ਲਈ। ਅੱਛਾ ਮਤਲਬ ਸੋਚਿਆ ਆਹੀ ਸੀ ਵੀ ਕੀ ਨਾ ਸੀ, ਦੋਵੇਂ ਸੂਟ ਮੇਰੇ ਵੀ ਉਹ ਜਾ। ਮੰਮਾ ਤੁਸੀਂ ਦੋਵੇਂ ਹੀ ਸਵਾ ਲਓ, ਤੁਸੀਂ ਮੇਰਾ ਜਿਹੜਾ ਇੱਕ ਲਿਆਂਤਾ ਤੁਸੀਂ ਉਹ ਨਹੀਂ ਮੈਨੂੰ ਸਵਾਕ ਦਿੱਤਾ। ਇੰਨਾ ਜੋ ਦੱਸ ਇੱਕ ਤੇਰਾ ਤੇ ਇੱਕ ਮੇਰਾ, ਰਹਿਣ ਦੋ ਮੰਮਾ, ਇੱਦਾਂ ਨਹੀਂ ਚੱਲਣਾ ਚੁੱਲਣਾ ਹੈਗਾ, ਇਹ ਮੈਨੂੰ ਦੋਵੇਂ ਚਾਹੀਦੇ ਆ। ਚਲੋ ਗਾਈਸ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਲੋਜ਼ ਕਰਾਂ, ਮੇਰੀਆਂ ਕਾਬਾ ਦਾ ਤੁਸੀਂ ਹਾਰ ਵੇਖ ਲਓ, ਇਹਨਾਂ ਨੂੰ ਵੀ ਸੱਚ ਮੈਂ ਸੈੱਟ ਕਰਨਾ ਸੁਬਾਹ ਜਿਹੜੇ ਲੈਕਚਰ ਨੇ ਉਹ ਕਿਤਾਬਾਂ ਬਸੇ 'ਚ ਪਾਣੀਆਂ ਨੇ, ਬਾਕੀ ਜਿਹੜੀਆਂ ਕਿਤਾਬਾਂ ਮੈਂ ਇੱਥੇ ਕੱ